लुधियाना एसटीएफ की तरफ से नशे का कारोबार करने वाले सौदागरों पर लगातार अपना शिकंजा कसा जा रहा है, जिसके चलते आज एसटीएफ की टीम की तरफ से एक ऐसे गिरोह को काबू करने में सफलता हासिल की गई, जिसका सरगना पूर्व और मौजूदा सरकार के साथ बड़े बड़े पुलिस अधिकारियों के साथ अपने संबंधों को उजागर करने वाली अपनी तस्वीरों को फेसबुक पर अक्सर ही अपलोड करता रहता था। काबू किए गए लोगों की पहचान गुरदीप सिंह रानो, राजीव इकबाल सिंह और रणदीप सिंह शामिल है, और काबू किए गए आरोपियों में से 5 किलो 392 ग्राम हीरोइन, 312 बोर की राइफल, 12 बोर की पंप गन, 32 बोर का रिवाल्वर और 21 लाख नकदी समेत कई लग्जरी गाड़ियां, ऑडी, बीएमडब्ल्यू, मर्सिडीज, जगुआर और इनोवा समेत कुल 8 गाड़ियां भी बरामद की गई हैं। यह भी जानकारी मिली है कि गिरोह के संबंध ऑस्ट्रेलिया में बैठे तस्कर तनवीर सिंह बेदी के साथ जुड़े हुए हैं, और जो बीते दिन सरहद के पास से 197 किलो हीरोइन बरामद हुई थी, किंग भी तनवीर सिंह बेदी को माना जा रहा है। आरोपियों से बरामद की गई हीरोइन की कीमत 36 करोड़ रुपए बताई जा रही है। ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਕਿ ਲੁਧਿਆਣਾ ਤੇ ਬਾਰਡਰ ਰੇਂਜ ਤੇ ਸਾਡੇ ਜਿਹੜੀ ਹੈਗਾ ਜੁਆਇੰਟ ਆਪਰੇਸ਼ਨ ਚੱਲ ਰਿਹਾ ਸੀਗਾ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ 200 ਕੇਜੀ ਦੇ ਕਰੀਬ ਜਿਹੜੀ ਹੀਰੋਇਨ ਰਿਕਵਰ ਹੋਈ ਸੀ। ਉਸੇ ਦੇ ਅੱਗੇ ਜਿਹੜਾ ਸੀਗਾ ਨੈਟਵਰਕ ਜਿਹੜਾ ਸੀ ਤਨਵੀਰ ਸਿੰਘ ਬੇਦੀ ਹੈ ਆਸਟ੍ਰੇਲੀਆ ਤੋਂ, ਕੁਛ ਬੰਦੇ ਉਹਦੇ ਨਾਲ ਹੋਰ ਹੈਗੇ ਜਿਹੜੇ ਫੋਰਨਰ ਹੈਗੇ ਉਹ ਚਲਾ ਰਹੇ ਸੀਗੇ। ਉਸੇ ਦੇ ਸਿਲਸਿਲੇ ਜਿਹੜੀ ਸਾਡੀ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜੁਆਇੰਟ ਆਪਰੇਸ਼ਨ ਚੱਲ ਰਹੀ ਸੀ, ਉਸ ਜੁਆਇੰਟ ਆਪਰੇਸ਼ਨ ਦੇ ਚੱਲਦਿਆਂ ਅਸੀਂ ਜਿਹੜੇ ਹੈਗੇ 4 ਬੰਦੇ ਅਰੈਸਟ ਕੀਤੇ, ਜਿਹਨਾਂ 'ਚ ਇੱਕ ਗੁਰਦੀਪ ਸਿੰਘ ਹੈ ਰਾਣੋ ਦਾ, ਦੂਸਰਾ ਇਕਬਾਲ ਸਿੰਘ ਉਹ ਵੀ ਰਾਣੋ ਦਾ ਹੈਗਾ, ਔਰ ਰਵੇਸ਼ ਸਿੰਘ ਹੈ ਇੱਥੋਂ ਲੁਧਿਆਣੇ ਦਾ ਰਹਿਣ ਵਾਲਾ, ਔਰ ਇੱਕ ਰਣਦੀਪ ਰਣੀ ਹੈ ਜੋ ਖੰਨੇ ਤੋਂ ਹੈਗੇ। ਔਰ ਇਹਨਾਂ ਤੋਂ ਅਸੀਂ ਜਿਹੜੀ ਹੈਗੀ ਹੈ 5 ਕਿਲੋ 392 ਗ੍ਰਾਮ ਜਿਹੜੀ ਹੀਰੋਇਨ ਰਿਕਵਰ ਕੀਤੀ ਹੈਗੀ ਹੈ, 3 ਵੈਪਨ ਰਿਕਵਰ ਕੀਤੇ ਨੇ, 8 ਜਿਹੜੀਆਂ ਹਾਈ ਐਂਡ ਗੱਡੀਆਂ ਜਿਹਨਾਂ ਦੇ ਵਿੱਚ ਨੋਵਾ, ਮਰਸਡੀਜ਼, ਬੀਐਮਡਬਲਿਊ, ਏਸੀ, ਆਡੀ Q7 ਰਿਕਵਰ ਕੀਤੀਆਂ। ਕੈਸ਼ 21 ਲੱਖ ਰੁਪਇਆ ਕੈਸ਼ ਹੈ। ਗੁਰਦੀਪ ਸਰਪੰਚ ਜਿਹੜਾ ਹੈਗਾ ਉਹਦੇ ਵੱਲੋਂ ਹੈਗੀਆਂ ਆਈਆਂ, ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਨ ਕਿਹਦੇ ਨਾਮ ਤੇ ਕਿਵੇਂ ਹੈ ਉਹ ਫਰਦਰ ਇਨਵੈਸਟੀਗੇਸ਼ਨ। ਸਰ ਬਹੁਤ ਮਹਿੰਗੀ ਮਹਿੰਗੀ ਗੱਡੀਆਂ ਹੈ, ਇਹ ਸਾਰੇ ਸਨੈਪਰ ਤੋਂ ਇਹਨਾਂ ਨੇ ਕਮਾਈ ਤੋਂ? ਨਹੀਂ, ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਕੁਝ ਸਰਪੰਚ ਦਾ ਪਤਾ ਲੱਗਿਆ ਉਹ ਕਿਹੜੀ ਪਾਰਟੀ ਦਾ ਸੀ? ਨਹੀਂ, ਇਹਦਾ ਕੋਈ ਪਤਾ ਨਹੀਂ ਲੱਗਾ, ਐਕਸ ਸਰਪੰਚ ਕਹਿੰਦੇ ਉਹਨੂੰ, ਸਰਪੰਚ ਕਹਿ ਰਹੇ ਹੈਗੇ ਨਾਲ ਜਿਵੇਂ ਤਲਕਸ ਲੱਗਿਆ ਹੋਇਆ ਸਰਪੰਚ ਹੈਗਾ, ਉਹ ਅਸੀਂ ਸਾਡਾ ਫਰਦਰ ਇਨਵੈਸਟੀਗੇਸ਼ਨ ਵੀ ਕੀ ਜਿਹੜਾ ਕਰ ਰਹੇ ਸੀ ਤੁਹਾਨੂੰ ਦੱਸਿਆ ਸੀ ਨਾ ਵੀ ਜਿਹੜਾ ਤਨਵੀਰ ਬੇਦੀ ਹੈਗਾ ਉਹ ਪਿੱਛੋਂ ਸਪਲਾਈ ਕਰਵਾ ਰਿਹਾ ਸੀਗਾ। ਗੁਰਦੀਪ ਦੇ ਖਿਲਾਫ ਜਿਹੜੇ ਲੜਾਈ ਝਗੜੇ ਦੇ ਪਰਚੇ ਹੈਗੇ, ਇਸ ਤੋਂ ਪਹਿਲਾਂ ਜਿਹੜੇ ਕੁਛ ਦਿਨ ਪਹਿਲਾਂ ਇੱਥੇ ਲੁਧਿਆਣੇ ਚ ਇੱਕ ਕੇਸ ਰਜਿਸਟਰ ਹੋਇਆ ਸੀ ਜਿਸ ਦੇ ਵਿੱਚ 28 ਕਿਲੋ ਹੀਰੋਇਨ ਔਰ 6 ਕਿਲੋ ਆਈਸ ਪਕੜੀ ਗਈ ਸੀਗੀ। ਅੱਗੇ ਉਹਦੇ ਫਰਦਰ ਇਨਵੈਸਟੀਗੇਸ਼ਨ ਵਿੱਚ ਅੱਜ ਜਿਹੜੀ ਹੈਗੀ 3 ਕਿਲੋ ਹੀਰੋਇਨ ਔਰ 2 ਕਿਲੋ ਜਿਹੜਾ ਹੈਗਾ ਕੈਮੀਕਲ ਜੋ ਹੀਰੋਇਨ ਨੂੰ ਰਿਫਾਈਨ ਕਰਨ ਦੇ ਕੰਮ ਆਉਂਦਾ ਹੈਗਾ ਉਹ ਬਰਾਮਦ ਹੋਇਆ। ਹਮ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਹਾਂ ਤੱਕ ਮੇਰੇ ਕੋਲ ਖਿਆਲ ਹੈ ਕਿ ਸ਼ਾਇਦ ਉਸਦੀ ਫੈਮਿਲੀ ਬੈਕਗ੍ਰਾਉਂਡ ਜਿਹੜੀ ਹੈਗੀ ਪੋਲੀਟੀਕਲ ਨਹੀਂ ਹੋਗੀ, ਤਾਂ ਅਸੀਂ ਦੇਖਦੇ ਹਾਂ। ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਪਿੱਛੋਂ ਸਪਲਾਈ ਕਿਵੇਂ ਆ ਰਹੀ ਸੀ, ਕੌਣ ਕਰ ਰਿਹਾ ਸੀ, ਅਭੀ ਤੱਕ ਜੋ ਆਇਆ ਜੇ ਤੋਂ ਅਭੀ ਲੁਧਿਆਣਾ ਵੀ ਆਈ ਸੀ ਔਰ ਲੁਧਿਆਣਾ ਸੇ ਅੱਗੇ ਫਰਦਰ ਕਹਾਂ ਕਹਾਂ ਜਾ ਰਹੀ ਸੀ ਇਨਵੈਸਟੀਗੇਸ਼ਨ ਕਰ। ਜਿਹੜੇ ਪਿਛਲੇ ਬੰਦੇ ਬੜੇ ਗਏ ਜਾਂਚ ਤੋਂ ਕੀ ਪਤਾ ਲੱਗਿਆ ਕਿੱਥੇ ਕਿੱਥੇ ਉਹ ਸਪਲਾਈ ਜਿਹੜੀ ਕੀਤੀ ਸੀ ਉਹਨਾਂ ਨੇ? ਉਹ ਇੱਥੋਂ ਲੋਕਲੀ ਦੇ ਰਹੇ ਸੀ। 5 ਕਿਲੋ ਜਿਹੜੀ ਇਹਦੇ ਘਰੋਂ ਫੜੀ ਗਈ ਹੈ? ਨਹੀਂ, ਇਹ ਅਲੱਗ ਜਗ੍ਹਾ ਤੋਂ ਪਕੜੀ ਗਈ। ਕੁਛ ਤਾਂ ਜਿਹੜੀ ਸੀਗੀ 392 ਗ੍ਰਾਮ ਤਾਂ ਇਹਨਾਂ ਦੀ ਜੋ ਤੁਸੀਂ ਪਕੜਿਆ ਸੀਗਾ ਫੋਰਚੂਨਰ ਗੱਡੀ ਚੋਂ ਮਿਲ ਗਈ ਸੀਗੀ, ਔਰ ਜਿਹੜਾ ਰਵੇਜ ਹੈਗਾ ਇਹ 500 ਗ੍ਰਾਮ ਉਹਦੇ ਘਰ ਦੀ ਸਰਚ ਤੋਂ ਉੱਥੋਂ ਮਿਲੀ ਸੀਗੀ, ਔਰ ਅੱਜ ਜਿਹੜੀ ਹੈਗੀ ਹੈ ਜਿਹੜਾ ਇਹਦਾ ਗੁਰਦੀਪ ਦਾ ਇੱਥੇ ਪੱਖੋਵਾਲ ਰੋਡ ਤੇ ਕੋਈ ਆਫਿਸ ਬਣ ਰਿਹਾ ਹੈਗਾ ਉੱਥੋਂ ਰਿਕਵਰੀ ਹੋਈ ਹੈਗੀ ਹੈ, ਔਰ ਰਵੇਜ ਦੀ ਜਿਹੜੀ 2.5 ਕੇਜੀ ਦੇ ਕਰੀਬ ਜਿਹੜੀ ਰਿਕਵਰੀ ਹੈ ਉਹ ਉਹਦੇ ਘਰ ਦੇ ਨਾਲ ਖਾਲੀ ਪਲਾਟ ਸੀ ਉਹਨੂੰ ਉੱਥੇ ਨੱਪ ਕੇ ਰੱਖੀ ਹੋਈ ਸੀ। ਇਨਵੈਸਟੀਗੇਸ਼ਨ ਹੋ ਵੀ ਸਕਦੀ ਹੈ। ਅਸਲਾ ਇੱਕ 315 ਬੋਰ ਰਾਈਫਲ ਹੈ, ਇੱਕ 32 ਬੋਰ ਰਿਵਾਲਵਰ ਹੈ, ਇੱਕ 12 ਬੋਰ ਪੰਪ ਐਕਸ਼ਨ ਗੁਰਦੀਪ ਕੋਲ ਮਿਲੀ। ਇਹ ਇਨਵੈਸਟੀਗੇਸ਼ਨ ਕਰ ਰਹੀ ਸੀ। ਗੁਰਦੀਪ ਕੋਲ ਇਹ ਵੀ ਗੁਰਦੀਪ ਕੋਲ ਰਾਣੂ ਪਾਇਲ ਪੁਲਿਸ ਸਟੇਸ਼ਨ। ਗੁਰਦੀਪ ਦਾ ਜੋ ਕਲੇਮ ਕਰ ਰਿਹਾ ਸੀਗਾ ਕਿ ਮੈਂ ਪਲਾਟ ਵਗੈਰਾ ਕੱਟ ਕੇ ਵੇਚ ਰਿਹਾ ਹੈਗਾ, ਮੇਰੇ ਕੋਲ ਠੇਕੇ ਵੀ ਹੈਗੇ, ਉਹ ਫਰਦਰ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ।